ਸਕੂਲ 'ਚ ਜਾਂਦੇ ਟੀਚਰ ਦਾ ਛਾਤੀ 'ਚ ਚਾਕੂ ਮਾਰ ਕੀਤਾ ਕਤਲ, ਸੜਕ ਤੇ ਹੀ ਲਾਸ਼ ਸੁੱਟ, ਹਮਲਾਵਰ ਹੋਏ ਫਰਾਰ। ਦੱਸ ਦੇ ਕਿ ਇੱਕ ਟੀਚਰ ਜੋ ਕਿ ਸਕੂਲ ਦੇ ਵਿੱਚ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਕੁਝ ਹਮਲਾਵਰ ਇਸ ਨੂੰ ਘੇਰ ਲੈਂਦੇ ਨੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਤੇ ਹਮਲਾ ਕਰ ਦਿੰਦੇ ਨੇ ਤੇ ਮੌਤ ਦੇ ਘਾਟ ਉਤਾਰ ਦਿੰਦੇ ਨੇ, ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਅਤੇ ਉਸਦੀ ਖੂਨ ਨਾਲ ਲੱਥਪੱਥ ਲਾਸ਼ ਉੱਥੇ ਹੀ ਪਈ ਰਹਿੰਦੀ ਹੈ, ਜਿਸ ਨੂੰ ਵੇਖ ਕੇ ਕਈ ਲੋਕ ਵੀ ਇਕੱਠੇ ਹੋ ਜਾਂਦੇ ਨੇ। ਤਾਂ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਪਰ ਇਹ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ। ਤਾਂ ਦੱਸ ਦਈਏ ਕਿ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਛਾਤੀ 'ਚ ਚਾਕੂ ਮਾਰ ਇੱਕ ਟੀਚਰ ਜਿਸਦਾ ਨਾਮ ਸਾਹਿਬ ਸਿੰਘ ਦੱਸਿਆ ਜਾ ਰਿਹਾ, ਉਸਦਾ ਕਤਲ ਕਰ ਦਿੱਤਾ ਜਾਂਦਾ ਤਾਂ ਖੂਨ ਨਾਲ ਲੱਥਪੱਥ ਉਸਦੀ ਲਾਸ਼ ਸੜਕ 'ਤੇ ਪਈ ਹੁੰਦੀ ਹੈ। ਤਾਂ ਦੱਸ ਦਈਏ ਕਿ ਇਸਦੀ ਉਮਰ 39 ਸਾਲ ਹੈ, ਜੋ ਕਿ ਇੱਕ ਸਕੂਲ ਦੇ ਵਿੱਚ ਟੀਚਰ ਹੈ ਅਤੇ ਆਪਣੇ ਸਕੂਲ ਦੇ ਸਮੇਂ ਦੇ ਉੱਤੇ ਇਹ ਜਾ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਇਸ ਨੂੰ ਹਮਲਾਵਰ ਘੇਰ ਲੈਂਦੇ ਨੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇਸਦਾ ਕਤਲ ਕਰ ਦਿੰਦੇ ਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਆ। ਸੂਚਨਾ ਮਿਲਣ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ। ਤਾਂ ਦੱਸਦੇ ਕਿ ਪੁਲਿਸ ਹੁਣ ਇਸ ਸੰਬੰਧੀ ਜਾਂਚ ਕਰ ਰਹੀ ਹੈ ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜੀ, ਆਪਣੇ ਕੋਲ ਬੋਡੀ ਆਈ ਹੈ ਸਵੇਰੇ 11 ਕੁ ਵਜੇ ਦੇ ਆਸ ਪਾਸ ਅਤੇ ਪੇਸ਼ੈਂਟ ਦਾ ਨਾਮ ਹੈ ਸਾਹਿਬ ਸਿੰਘ, ਸਨ ਆਫ ਜਰਨੈਲ ਸਿੰਘ, ਇਹ ਮਲੇਰਕੋਟਲਾ ਦੇ ਰਹਿਣ ਵਾਲੇ ਆ ਅਤੇ ਲਗਭਗ ਸਵੇਰੇ 11 ਕੁ ਵਜੇ ਦੇ ਆਸ ਪਾਸ ਆਈ ਹੈ ਅਤੇ ਬੋਡੀ ਆਪਣੇ ਲਖਵਿੰਦਰ ਸਿੰਘ ਜੀ ਲੈ ਕੇ ਆਏ ਹਾਂ ਅਤੇ ਫਿਲਹਾਲ ਆਪਣੇ ਕੋਲ ਆਲਰੇਡੀ ਇੱਕ ਬੋਡੀ ਪਹਿਲਾਂ ਦੀ ਪਈ ਸੀਗੀ ਮੋਰਚਰੀ 'ਚ, ਇਸ ਕਰਕੇ ਬੋਡੀ ਨੂੰ ਆਪਾਂ ਸ਼ਿਫਟ ਕੀਤਾ ਰਾਮਬਾਗ 'ਚ ਅਤੇ ਜਿਵੇਂ ਪੇਪਰ ਪੁਲਿਸ ਪੇਪਰ ਆਉਣਗੇ ਉਸ ਤੋਂ ਬਾਅਦ ਆਪਾਂ ਪੋਸਟਮਾਰਟਮ ਸਟਾਰਟ ਕਰ। ਜਿਹੜੀ ਡੈੱਡ ਬੋਡੀ ਆਈ ਆ ਉਹਦੇ ਕਿਸ ਤਰ੍ਹਾਂ ਦਾ ਨਿਸ਼ਾਨ ਕੀ ਲੱਗਿਆ ਹੋਇਆ ਸੀ? ਹਜੇ ਆਪਾਂ ਸਟਾਰਟ ਨਹੀਂ ਕੀਤਾ ਨਾ, ਚੰਗੀ ਤਰ੍ਹਾਂ ਦੇਖੀ ਨਹੀਂ ਹੈਗੀ, ਇੱਕ ਵਾਰ ਪੂਰਾ ਹੋ ਲੈਣ ਦਿਓ ਪੋਸਟਮਾਰਟਮ, ਫਿਰ ਹੀ ਆਪਾਂ ਪੂਰੀ ਜਾਣਕਾਰੀ ਦੇ ਸਕਦੇ।